ਸ਼ਹੀਦੀ ਟੁੱਟ ਜਾਂਦੇ ਨੇ ਜਿਹੜੇ ਅੰਗਰੇਜ਼ਾਂ ਦੇ ਪੁਲ ਬਣਾਏ ਹੋਏ ਨੇ ਅਜੇ ਤੱਕ ਟੁੱਟੇ ਨਹੀਂ ਹੈਗੇ। ਕਾਰਨ ਕੀ ਉਹ ਖਾਂਦੇ ਘੱਟ ਸੀ ਬਣਾਉਂਦੇ ਜ਼ਿਆਦਾ ਸੀ, ਅੱਜ ਦੇ ਲੀਡਰ ਨੇ ਜਿਹੜੇ ਖਾਂਦੇ ਜ਼ਿਆਦਾ ਨੇ ਬਣਾਉਂਦੇ ਘੱਟ, ਉਹਦੇ ਕਰਕੇ ਟੁੱਟਦੇ ਜਾ ਰਹੇ ਹੁੰਦੀ ਕਦੀ। ਸਤਿ ਸ਼੍ਰੀ ਅਕਾਲ ਦਾਮ ਨਮਸਕਾਰ, ਮੈਂ ਹਾਂ ਬੂਟਾ ਲੱਦੜਾ। ਜਦੋਂ ਦਿਖਾਉਣਾ ਦੁਨੀਆ ਦਾ ਸਭ ਤੋਂ ਛੋਟਾ ਪੁਲ, ਜਿਹੜਾ ਨਹਿਰ ਦੇ ਉੱਪਰ ਆ, ਜਿਹੜਾ ਪੌੜਾ ਸਭ ਤੋਂ ਛੋਟਾ ਪੌੜਾ ਹੈ ਜਿਹਦੇ ਉੱਪਰ ਮੋਟਰਸਾਈਕਲ ਅਤੇ ਸਾਈਕਲ ਨਿਕਲ ਸਕਦਾ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉੱਥੇ ਦੀਆਂ। ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਇਹ ਜਿਹੜਾ ਐਂਗਲ ਦੇ ਦਿਖਾਏ ਜਾਣਾ, ਇਹ ਲੋਹੇ ਦੇ ਭਾਰੀ ਐਂਗਲ ਲੱਗੇ ਹੋਏ ਨੇ ਇਹਨੂੰ ਪੁਲ ਨੂੰ। ਪੁਲ ਬੜਾ ਮਜ਼ਬੂਤ ਆ, ਐਂ ਲੱਗਦਾ ਜਿੱਥੇ ਕਿਤੇ ਕਹਿੰਦੇ ਝੀਲ 'ਤੇ ਫਿਰਦਾ ਹੋਵੇ ਬੰਦਾ, ਉੱਦਾਂ ਦੇ ਨਜ਼ਾਰੇ ਆ ਰਹੇ ਨੇ ਪੈਸੇ ਉਹਦੇ। ਇਹ ਪਾਣੀ ਦੇਖੋ ਕਿੰਨਾ ਸਾਫ਼ ਆ, ਨੀਲਾ ਪਾਣੀ ਜਾ ਰਿਹਾ ਥਰੀ ਜੀ। ਵੈਸੇ ਇੱਕ ਨਾ ਰੋਮੈਂਟਿਕ ਜਗ੍ਹਾ ਬਹੁਤ ਹੈ, ਸ਼ੋਰ ਸ਼ਰਾਬਾ ਨਹੀਂ ਹੈਗਾ, ਜਿਹੜੇ ਆਸ਼ਕ ਲੋਕ ਹੁੰਦੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਜਗ੍ਹਾ ਨੇ, ਸ਼ੋਰ ਸ਼ਰਾਬਾ ਹੈਗੀਆਂ ਨੇ। ਇੱਧਰ ਪਿੱਛੇ ਭਰੋਟਾ, ਜਟਾਲਾ ਭਰੋਟਾ ਵੀ ਹੈਗਾ, ਅਤੇ ਨਾਲ ਹੀ ਪਿੰਡ ਖਾਨਪੁਰ ਪੈਂਦਾ ਇੱਧਰ ਦੀ ਸਾਈਡ। ਤੁਹਾਨੂੰ ਹੋਰ ਦਿਖਾਵਾਂ, ਕੈਮਰਾ ਮੈਨੂੰ ਇੱਕ ਵਾਰ ਦਿਖਾਇਓ, ਉਹ ਡੋਗੀ ਪਾਣੀ ਪੀ ਰਿਹਾ ਨਹਿਰ ਦੇ ਵਿੱਚ। ਇਹ ਬਹੁਤ ਹੀ ਪਿਆਰਾ ਛੋਟਾ ਜਿਹਾ ਪੌੜਾ ਜਿਹੜਾ ਤੁਹਾਨੂੰ ਦਿਖਾ ਰਿਹਾ ਇਹ। ਕਹਿੰਦੇ ਗਾਣਾ ਕਿਸੇ ਨੇ ਇੱਥੇ ਸ਼ੂਟ ਕਰਦਾ ਹੋਇਆ, ਫ੍ਰੀ ਲੋਕੇਸ਼ਨ ਹੈ, ਲੋਕੇਸ਼ਨ ਬੜੀ ਘੈਂਟ ਹੈ, ਲੋਕੇਸ਼ਨ ਤੁਹਾਨੂੰ ਦਿਖਾ ਰਿਹਾ, ਬਹੁਤ ਵਧੀਆ ਲੋਕੇਸ਼ਨ ਹੈ। ਹਾਂਜੀ, ਜਿਹੜੀ ਤੁਹਾਨੂੰ ਲੋਕੇਸ਼ਨ ਦਿਖਾ ਰਿਹਾ, ਬਹੁਤ ਵਧੀਆ ਲੋਕੇਸ਼ਨ ਹੈ, ਬੜੀ ਹੀ ਪਿਆਰੀ ਲੋਕੇਸ਼ਨ ਹੈ, ਬੜੀ ਸ਼ਾਨਦਾਰ ਲੋਕੇਸ਼ਨ ਹੈ, ਬੜੀ ਹੀ ਇਹਦੇ ਸ਼ੋਰ ਸ਼ਰਾਬਾ ਭਰਿਆ ਨਹੀਂ ਹੈਗਾ। ਤੁਹਾਨੂੰ ਸਾਈਡ ਤੋਂ ਵੀ ਤਸਵੀਰਾਂ ਦਿਖਾਉਣਾ, ਨਹਿਰ ਦੇ ਕਿਨਾਰੇ 'ਤੇ ਖੜ੍ਹੇ ਹਾਂ ਅਸੀਂ। ਆਹ ਦੇਖੋ ਕਿੰਨਾ ਲੰਬਾ ਪੌੜਾ, ਇਹ ਅੰਗਰੇਜ਼ਾਂ ਦੇ ਟਾਈਮ ਤੋਂ ਪਹਿਲਾਂ ਦਾ ਹੀ ਪੌੜਾ ਕਹਿੰਦੇ ਇਹ, ਜਿਹੜਾ ਹਜੇ ਤੱਕ ਵੀ ਮੌਜੂਦ ਆ, ਹਜੇ ਤੱਕ ਟੁੱਟਿਆ ਨਹੀਂ ਹੈਗਾ। ਪਰ ਪੌੜ ਬੜਾ ਛੋਟਾ ਪਰ ਮਜ਼ਬੂਤ ਬਹੁਤ ਆ। ਵੈਸੇ ਅੱਜ ਕੱਲ੍ਹ ਜਿਹੜੇ ਪੁੜ ਨੇ ਚੂਹੇ ਖਾ ਜਾਂਦੇ ਨੇ, ਉਹ ਛੇਤੀ ਛੇਤੀ ਟੁੱਟ ਜਾਂਦੇ ਨੇ, ਜਿਹੜੇ ਅੰਗਰੇਜ਼ਾਂ ਦੇ ਪੁੜ ਬਣਾਏ ਹੋਏ ਨੇ ਅਜੇ ਤੱਕ ਟੁੱਟੇ ਨਹੀਂ ਹੈਗੇ। ਕਾਰਨ ਕੀ, ਉਹ ਖਾਂਦੇ ਘੱਟ ਸੀ ਬਣਾਉਂਦੇ ਜ਼ਿਆਦਾ ਸੀ, ਅੱਜ ਦੇ ਲੀਡਰ ਨੇ ਜਿਹੜੇ ਖਾਂਦੇ ਜ਼ਿਆਦਾ ਨੇ ਬਣਾਉਂਦੇ ਘੱਟ ਨੇ, ਉਹਦੇ ਕਰਕੇ ਟੁੱਟਦੇ ਜਾ ਰਹੇ ਹੁੰਦੀ, ਕਦੀ ਕੋਠੀਆਂ ਨਹੀਂ ਕਦੇ ਆਉਂਦੀਆਂ ਟੁੱਟਦੀਆਂ, ਕਿ ਕਦੇ ਤੇੜਾਂ ਨਹੀਂ ਆਉਂਦੀਆਂ, ਕਿ ਉੱਥੇ ਮਟੀਰੀਅਲ ਵਧੀਆ ਲੱਗਿਆ ਹੁੰਦਾ, ਜਿਹੜਾ ਇੱਥੇ ਤੁਹਾਨੂੰ ਪਤਾ ਮਟੀਰੀਅਲ ਕਿੱਦਾਂ ਦਾ ਹੁੰਦਾ। ਇਹ ਮਟੀਰੀਅਲ ਕਰਕੇ ਅੱਜ ਕੱਲ੍ਹ ਜਿਹੜੇ ਹੈਗੇ ਨੇ ਘੱਟ ਚੱਲਦੀਆਂ ਨੇ, 5 ਸਾਲ ਬਾਅਦ ਸਰਕਾਰ ਕਹਿੰਦਾ ਅਸੀਂ ਫਿਰ ਆ ਜਾਣਾ, ਫਿਰ ਖਾਏਂਗੇ। ਜਿਹੜੇ ਅੰਗਰੇਜ਼ ਦੀ ਕਹਿੰਦੇ ਯਾਰ ਅਸੀਂ ਤਾਂ ਬਣਾਉਣ ਤੀ, ਉਹਨੇ ਕੰਮ ਤੀ, ਉਹ ਬਣਾਉਂਦੇ ਰਹਿੰਦੇ ਸੀ। ਪਰ ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਦੇਖ ਰਹੇ ਹੋ ਕਰੰਟ ਨਿਊਜ਼ ਟੀ ਵੀ। ਮੈਂ ਹਾਂ ਬੂਟਾ ਲੱਦਰ, ਮੈਂ ਨਾ ਕੈਮਰਾਮੈਨ ਪਰਮਾਤਮਾਨ ਖੰਨਾ।